ओम शांति दा आज 29 1 2023 ਦੀ ਬਾਣੀ ਹੈ ਅਵਿਅਕਤ ਬਾਪदादा ਦਾ ਰਿਵਾਈਜ਼ ਕੋਰਸ ਰਿਵਾਈਜ਼ ਕੋਰਸ ਦੀ ਤਾਰੀਖ 2 12 1993 આજ ਬਾਪदादा ਨੇ ਟਾਈਟਲ دیا ਨੰਬਰ 1 ਬਣਨ ਦੇ ਲਈ ਗੁਣ ਮੂਰਤ ਵਣ ਗੁਣਾ ਦਾ দান ਕਰਨ ਵਾਲੇ ਮਹਾਦਾਨੀ ਬਣੋ ਨੰਬਰ 1 ਬਣਨ ਦੇ ਲਈ ਗੁਣ ਮੂਰਤ ਵਣ ਗੁਣਾ ਦਾ দান ਕਰਨ ਵਾਲੇ ਮਹਾਦਾਨੀ ਬਣੋ ਅੱਜ ਬਾਪ ਦਾਦਾ ਆਖਦੇ ਨੇ ਅੱਜ ਬੇਹਦ ਦੇ ਮਾਤਪਿਤਾ ਚਾਰੋਂ ਪਾਸੇ ਦੇ ਵਿਸ਼ੇਸ਼ ਬੱਚਿਆਂ ਨੂੰ ਦੇਖ ਰਹੇ ਹੈ ਕੀ ਵਿਸ਼ੇਸ਼ਤਾ ਦੇਖੀ ਕਿਹੜੇ ਬੱਚੇ ਅਖੰਡ ਅਖੁੱਟ ਗਿਆਨੀ ਅਟਲ ਸਵਰਾਜ ਅਧਿਕਾਰੀ ਅਖੰਡ ਨਿਰਵਿਗਨ ਅਖੰਡ ਯੋਗੀ ਅਖੰਡ ਮਹਾਦਾਨੀ ਹੈ ਇਹ ਮੇ ਵਿਸ਼ੇਸ਼ ਆਤਮਾਵਾ ਕੋਟਾਂ ਵਿੱਚ ਕੋਈ ਬਣੇ ਹੋਏ ਹੈ ਗਿਆਨੀ ਜੁਗੀ ਵਰਦਾਨੀ ਸਭ ਬਣੇ ਹੈ ਪਰ ਅਖੰਡ ਕੋਈ ਕੋਈ ਬਣੇ ਹੈ ਜੋ ਅਖੁੱਟ ਅਟਲ ਅਤੇ ਅਖੰਡ ਹੈ ਉਹੀ ਵਿਜੇਮਾਲਾ ਦੇ ਵਿਜਈ ਮੰਨ ਕੇ ਹੈ ਬਾਪਦਾਦਾ ਨੇ ਸੰਗਮ ਯੁਗ ਦੇ ਸਭ ਬੱਚਿਆਂ ਨੂੰ ਅਟਲ ਅਖੰਡ ਭਵਦਾ ਵਰਦਾਨ ਦਿੱਤਾ ਹੈ ਪਰ ਵਰਦਾਨ ਨੂੰ ਸਦਾ ਜੀਵਨ ਵਿੱਚ ਧਾਰਨ ਕਰਨ ਵਿੱਚ ਨੰਬਰ 1 ਬਣ ਗਏ ਹੈ ਨੰਬਰ 1 ਬਣਨ ਦੇ ਲਈ ਸਭ ਤੋਂ ਸਹਿਜ ਵਿਧੀ ਹੈ ਅਖੰਡ ਮਹਾਦਾਨੀ ਬਣੋ ਅਖੰਡ ਮਹਾਦਾਨੀ ਮਤਲਬ ਨਿਰੰਤਰ ਸਹਿਜ ਸੇਵਾਦਾਰੀ ਕਿਉਂਕਿ ਸਹਿਜ ਹੀ ਨਿਰੰਤਰ ਹੋ ਸਕਦੇ ਹੈ ਤਾਂ ਅਖੰਡ ਸੇਵਾਦਾਰੀ ਮਤਲਬ ਅਖੰਡ ਮਹਾਦਾਨੀ ਦਾਤਾ ਦੇ ਬੱਚੇ ਹੈ ਸਰਵ ਖਜ਼ਾਨਿਆਂ ਨਾਲ ਸੰਪਨ ਸ੍ਰਿਸ਼ਟ ਆਤਮਾਵਾ ਹੈ ਸੰਪੰਨ ਦੀ ਨਿਸ਼ਾਨੀ ਹੈ ਅਖੰਡ ਮਹਾਦਾਨੀ ਇੱਕ ਸੈਕਿੰਡ ਵੀ ਦਾਨ ਦਿੱਤੇ ਬਿਨਾ ਰਹਿ ਨਹੀਂ ਸਕਦੇ ਦੁਆਪਰ ਤੋਂ ਦਾਨੀ ਆਤਮਾਵਾਂ ਅਨੇਕ ਭਗਤ ਵੀ ਬਣੇ ਹੈ ਪਰ ਕਿੰਨੇ ਵੀ ਵੱਡੇ ਦਾਨੀ ਹੋਣ ਅਖੋਟ ਖਜ਼ਾਨੇ ਤੇ ਦਾਨੀ ਨਹੀਂ ਬਣੇ ਹੈ ਵਿਨਾਸ਼ੀ ਖਜ਼ਾਨੇ ਅਤੇ ਵਸਤੂ ਦੇ ਦਾਨੀ ਬੰਦੇ ਹੈ ਤੁਸੀਂ ਸ੍ਰੇਸ਼ਟ ਆਤਮਾਵਾਂ ਹੁਣ ਸੰਗਮ ਯੁਗ ਦੇ ਅਖੋਟ ਅਤੇ ਅਖੰਡ ਮਹਾਦਾਨੀ ਬਣਦੇ ਹੋ ਆਪਣੇ ਕੋਲ ਪੁੱਛੋ ਕਿ ਅਖੰਡ ਮਹਾਦਾਨੀ ਹੈ ਜਾਂ ਸਮੇਂ ਪਰਮਾਨਦਾਨੀ ਹੈ ਜਾਂ ਚਾਂਸ ਪਰਮਾਨਦਾਨੀ ਹੈ ਅਖੰਡ ਮਹਾਦਾਨੀ ਸਦਾ ਤਿੰਨ ਤਰ੍ਹਾਂ ਨਾਲ ਦਾਨ ਕਰਨ ਵਿੱਚ ਬਿਜ਼ੀ ਰਹਿੰਦੇ ਹੈ ਪਹਿਲਾ ਮਨਸਾ ਦੁਆਰੇ ਸ਼ਕਤੀਆਂ ਦੇਣ ਦਾ ਦਾਨ ਦੂਸਰਾ ਬਣੀ ਦੁਆਰੇ ਗਿਆਨ ਦਾ ਦਾਨ ਤੀਸਰਾ ਕਰਮ ਦੁਆਰੇ ਗੁਣਾ ਦਾ ਦਾਨ ਇਹਨਾਂ ਤਿੰਨਾ ਤਰ੍ਹਾਂ ਦੇ দান ਦੇਣ ਵਾਲੇ ਸਹਿਜ ਮਹਾਨਾਨੀ ਬਣ ਸਕਦੇ ਹੈ ਰਿਜ਼ਲਟ ਵਿੱਚ ਦੇਖਿਆ ਬਾਣੀ ਦੁਆਰਾ ਗਿਆਨ দান ਮਿਜੋਰਟੀ ਕਰਦੇ ਰਹਿੰਦੇ ਹੈ ਮਨਸਾ ਦੁਆਰਾ ਸ਼ਕਤੀਆਂ ਦਾ দান ਜਥਾ ਸ਼ਕਤੀ ਕਰਦੇ ਹੈ ਅਤੇ ਕਰਮ ਦੁਆਰਾ ਗੁਣ দান ਇਹ ਬਹੁਤ ਘੱਟ ਕਰਨ ਵਾਲੇ ਹੈ ਅਤੇ ਵਰਦਾਨ ਅਤੇ ਵਰਤਮਾਨ ਸਮੇਂ ਭਾਵੇਂ ਅਗਿਆਨੀ ਆਤਮਾਵਾ ਹੈ ਭਾਵੇਂ ਬ੍ਰਾਹਮਣ ਆਤਮਾਵਾ ਹੈ ਦੋਨਾਂ ਨੂੰ ਜ਼ਰੂਰਤ ਗੁਣਦਾਨ ਦੀ ਹੈ ਵਰਤਮਾਨ ਹਮੇਸ਼ਾ ਵਿਸ਼ੇਸ਼ ਖੁਦ ਵਿੱਚ ਅਤੇ ਬ੍ਰਾਹਮਣ ਪਰਿਵਾਰ ਵਿੱਚ ਇਸ ਵਿਧੀ ਨੂੰ ਤੀਬਰ ਬਣਾਓ ਇਹ ਦਿਵਯ ਗੁਣ ਸਭ ਤੋਂ ਸ਼੍ਰੇਸ਼ਟ ਪ੍ਰਭੂ ਪ੍ਰਸਾਦ ਹੈ ਇਸ ਪ੍ਰਭੂ ਪ੍ਰਸਾਦ ਨੂੰ ਖੂ ਮਾਟੋ ਜਿਵੇਂ ਜਦੋਂ ਕਿਸੇ ਨਾਲ ਮਿਲਦੇ ਹੈ ਇੱਕ ਦੋ ਵਿੱਚ ਵੀ ਸਨੇਹੀ ਨਿਸ਼ਾਨੇ ਸਥੂਲ ਟੋਲੀ ਖਲਾਉਦੇ ਹੈ ਨਾ ਇਵੇਂ ਇੱਕ ਦੋ ਵਿੱਚ ਇਹ ਗੁਣਾ ਦੀ ਟੋਲੀ ਖਵਾਓ ਇਸ ਵਿਧੀ ਨਾਲ ਜੋ ਸੰਗਮਯੁਗ ਦਾ ਲਕਸ਼ ਹੈ ਰਿਸ਼ਤਾ ਸੁਦੇਵਤਾ ਇਹ ਸਹਜ ਸਰਵ ਵਿੱਚ ਪ੍ਰਤੱਖ ਦਿਖਾਈ ਦੇਵੇਗਾ ਇਹ ਪ੍ਰੈਕਟੀਕਲ ਬਾਬਾ ਕਹਿੰਦੇ ਇਹ ਪ੍ਰੈਕਟਿਸ ਨਿਰੰਤਰ ਸਮ੍ਰਿਤੀ ਵਿੱਚ ਰੱਖੋ ਕਿ ਮੈਂ ਦਾਤਾ ਦਾ ਬੱਚਾ ਅਖੰਡ ਮਹਾਦਾਨੀ ਆਤਮਾ ਹਾਂ ਕੋਈ ਵੀ ਆਤਮਾ ਭਾਵੇਂ ਅਗਿਆਨੀ ਹੋਵੇ ਭਾਵੇਂ ਬ੍ਰਾਹਮਣ ਹੋਵੇ ਪਰ ਦੇਣਾ ਹੈ ਬ੍ਰਾਹਮਣ ਆਤਮਾਵਾਂ ਨੂੰ ਗਿਆਨ ਦਾ ਪਹਿਲੇ ਹੀ ਹੈ ਪਰ ਦੋ ਤਰ੍ਹਾਂ ਨਾਲ ਦਾਤਾ ਬਣ ਸਕਦੇ ਹੈ ਨੰਬਰ 1 ਜਿਸ ਆਤਮਾ ਨੂੰ ਜਿਸ ਸ਼ਕਤੀ ਦੀ ਜ਼ਰੂਰਤ ਹੈ ਉਸ ਆਤਮਾ ਨੂੰ ਮਨਸਾ ਦੁਆਰਾ ਮਤਲਬ ਸ਼ੁੱਧ ਬ੍ਰਿਤੀ ਵਾਈਬ੍ਰੇਸ਼ਨ ਦੁਆਰਾ ਸ਼ਕਤੀਆਂ ਦਾ ਦਾਨ ਮਤਲਬ ਸਹਿਯੋਗ ਦੋ ਨੰਬਰ ਦੂਜਾ ਕਰਮ ਦੁਆਰਾ ਸਦਾ ਖੁਦ ਜੀਵਨ ਵਿੱਚ ਗੁਣ ਮੂਰਤ ਬਣ ਪ੍ਰਤੱਖ ਸੈਂਪਲ ਬਣ ਹੋਰਨਾਂ ਨੂੰ ਸਹਿਜ ਗੁਣ ਧਾਰਨ ਕਰਨ ਦਾ ਸਹਿਯੋਗ ਦੋ ਇਸ ਨੂੰ ਕਿਹਾ ਜਾਂਦਾ ਹੈ ਗੁਣਦਾਨ ਦਾਨ ਦਾ ਅਰਥ ਹੈ ਸਹਿਯੋਗ ਦੇਣਾ ਅੱਜ ਕੱਲ ਬ੍ਰਾਹਮਣ ਆਤਮਾਵਾ ਵੀ ਸੁਣਦੇ بجائے ਪ੍ਰਤੱਖ ਪ੍ਰਮਾਣ ਦੇਖਣਾ ਚਾਹੁੰਦੀਆਂ ਹੈ ਕਿਸੇ ਨੂੰ ਵੀ ਸ਼ਕਤੀ ਧਾਰਨ ਕਰਨ ਦੀ ਅਤੇ ਗੁਣ ਧਾਰਨ ਕਰਨ ਦੀ ਸਿੱਖਿਆ ਦੇਣਾ ਚਾਹੁੰਦੇ ਹੈ ਤਾਂ ਕੋਈ ਦਿਲ ਵਿੱਚ ਸੋਚਦੇ ਕਈ ਕਹਿੰਦੇ ਕਿ ਇਵੇਂ ਧਾਰਨਾ ਮੂਰਤ ਕਿਵੇਂ ਬਣੇ ਹੈ ਤਾਂ ਦੇਖਣਾ ਚਾਹੁੰਦੇ ਹੈ ਪਰ ਸੁਣਨਾ ਨਹੀਂ ਚਾਹੁੰਦੇ ਇਵੇਂ ਇੱਕ ਦੋ ਵਿੱਚ ਕਹਿੰਦੇ ਹੈ ਨਾ ਕੌਣ ਬਣਾਇਆ ਹੈ ਸਭ ਨੂੰ ਦੇਖ ਲਿਆ ਜਦੋਂ ਕੋਈ ਗੱਲ ਆਉਂਦੀ ਹੈ ਤਾਂ ਕਹਿੰਦੇ ਹੈ ਕੋਈ ਨਹੀਂ ਬਣਿਆ ਹੈ ਸਭ ਚੱਲਦਾ ਹੈ ਪਰ ਇਹ ਅਲਵੇਲਾਪਨ ਦੇ ਬੋਲ ਹੈ ਠੀਕ ਨਹੀਂ ਹੈ ਸਹੀ ਕੀ ਹੈ ਫਾਲੋ ਬ੍ਰਹਮਾ ਬਾਪ ਜਿਵੇਂ ਬ੍ਰਹਮਾ ਬਾਪ ਨੇ ਖੁਦ ਸਦਾ ਆਪਣੇ ਨੂੰ ਨਮਿਤ एग्जांपल ਬਣਾਇਆ ਸਦਾ ਇਹ લક્ષ્ય ਲक्षण ਵਿੱਚ ਲਿਆਇਆ ਜੋ ਓਟੇ ਸੋ ਅਰਜੁਨ ਮਤਲਬ ਜੋ ਖੁਦ ਨੂੰ ਨਮਿਤ ਪਰਤਯਕ ਪਰਮਾਨੰ ਬਣਾਉਂਦਾ ਹੈ ਉਹੀ ਅਰਜੁਨ ਮਤਲਬ ਅੱਬਲ ਨੰਬਰ ਦਾ ਬੰਦਾ ਹੈ ਜੇਕਰ ਫਾਲੋ ਫਾਦਰ ਕਰਨਾ ਹੈ ਤਾਂ ਦੂਸਰੇ ਨੂੰ ਦੇਖ ਬਣਨ ਵਿੱਚ ਨੰਬਰ 1 ਨਹੀਂ ਬਣ ਸਕਣਗੇ ਨੰਬਰ 1 ਬਣ ਜਾਣਗੇ 바ਵਾ ਆਖਦੇ ਨੇ ਨੰਬਰ 1 ਆਤਮਾ ਦੀ ਨਿਸ਼ਾਨੀ ਹੈ ਹਰ શ્રેષ્ઠ ਕੰਮ ਵਿੱਚ ਮੈਨੂੰ ਨਮਿਤ ਬਣਾ ਹੋਰਨਾਂ ਨੂੰ ਸਿੰਪਲ ਕਰਨ ਸਿੰਪਲ ਕਰਨ ਦੇ ਲਈ ਸਿੰਪਲ ਬਣਨਾ ਹੈ ਦੂਸਰੇ ਨੂੰ ਦੇਖਣਾ ਭਾਵੇਂ ਵੱਡਿਆਂ ਨੂੰ ਭਾਵੇਂ ਛੋਟਿਆਂ ਨੂੰ ਭਾਵੇਂ ਸਮਾਨ ਵਾਲਿਆਂ ਨੂੰ ਪਰ ਦੂਸਰੇ ਨੂੰ ਦੇਖ ਬਣਨਾ ਕਿ ਪਹਿਲੇ ਇਹ ਇਹ ਬਣੇ ਤਾਂ ਮੈਂ ਬਣਾ ਤਾਂ ਨੰਬਰ 1 ਤਾਂ ਉਹ ਹੋ ਗਿਆ ਨਾ ਜੋ ਬਣ ਬਣेंगे ਤਾਂ ਖੁਦ ਆਪੇ ਹੀ ਨੰਬਰ ਵਾਰ ਵਿੱਚ ਆ ਜਾਂਦੇ ਹੈ ਤਾਂ ਅਖੰਡ ਮਹਾਨਾਨੀ ਆਤਮਾ ਸਦਾ ਆਪਣੇ ਨੂੰ ਹਰ ਸੈਕਿੰਡ ਤਿੰਨਾ ਹੀ ਮਹਾਨਾਨਾ ਵਿੱਚ ਕੋਈ ਨਾ ਕੋਈ দান ਕਰਨ ਵਿੱਚ బిజీ ਰੱਖਦਾ ਹੈ ਜਿਵੇਂ ਸਮੇਂ ਉਹਨੇ ਸੇਵਾ ਵਿੱਚ ਸਦਾ ਲੱਗਿਆ ਹੋਇਆ ਰਹਿੰਦਾ ਹੈ ਉਹਨਾਂ ਨੂੰ ਵਿਅਰਥ ਦੇਖਣੇ ਸੁਣਨ ਅਤੇ ਕਰਨ ਦੀ ਫੁਰਸਤ ਹੀ ਨਹੀਂ ਤਾਂ ਮਹਾਦਾਨੀ ਬਣੇ ਹੋ ਹੁਣ ਅੰਡਰਲਾਈਨ ਕਰੋ ਅਖੰਡ ਬਣੇ ਹਾਂ ਜੇਕਰ ਵਿੱਚ ਵਿੱਚ ਦਾਤਾਪਨ ਵਿੱਚ ਖੰਡਨ ਪੈਂਦਾ ਹੈ ਤਾਂ ਖੰਡੇਤ ਨੂੰ ਸੰਪੂਰਨ ਨਹੀਂ ਕਿਹਾ ਜਾਂਦਾ ਵਰਤਮਾਨ ਸਮੇਂ ਆਪਸ ਵਿੱਚ ਵਿਸ਼ੇਸ਼ ਕਰਮ ਦਵਾਰੇ ਗੁਰ ਦਾਤਾ ਬਣਨ ਦੀ ਜ਼ਰੂਰਤ ਹੈ ਹਰ ਇੱਕ ਸੰਕਲਪ ਕਰੋ ਕਿ ਮੈਨੂੰ ਸਦਾ ਗੁਣ ਮੂਰਤ ਬਣਨ ਦਾ ਵਿਸ਼ੇਸ਼ ਕਰਤੱਬ્ય ਕਰਨਾ ਹੀ ਹੈ ਤਾਂ ਖੁਦ ਦੀਆਂ ਅਤੇ ਸਰਵ ਦੀਆਂ ਕਮਜ਼ੋਰੀਆਂ ਸਮਾਪਤ ਕਰਨ ਦੀ ਇਸ ਵਿਧੀ ਵਿੱਚ ਹਰ ਇੱਕ ਆਪਣੇ ਨੂੰ ਨਮਿਤ ਅਵਲ ਨੰਬਰ ਸਮਝ ਅੱਗੇ ਵਧਦੇ ਚਲੋ ਗਿਆਨ ਤੇ ਬਹੁਤ ਹੈ ਹੁਣ ਗੁਣਾ ਨੂੰ ਇਮਰਜ ਕਰੋ ਸਰਗੁਣ ਸੰਪਨ ਬਣਨਾ ਦਾ ਐਗਜ਼ਾਮਪਲ ਬਣੋ ਅੱਛਾ ਸਰਵ ਅਖੰਡ ਜੋਗੀ ਤੂ ਆਤਮਾ ਮਾ ਸਰਵ ਦਾ ਗੁਣ ਮੂਰਤ ਆਤਮਾ ਮਾ ਨੂੰ ਸਰਵ ਹਰ ਸੰਕਲਪ ਹਰ ਸੈਕੰਡ ਮਹਾਦਾਨੀ ਅਤੇ ਮਹਾ ਸਹਿਯੋਗੀ ਵਿਸ਼ਿਸ਼ਾਤਮਾ ਮਾ ਨੂੰ ਸਦਾ ਖੁਦ ਦੀਵਸੀ ਇਸਤਾ ਵਿੱਚ ਸੈਂਪਲ ਬਣ ਸਰਵ ਆਤਮਾ ਨੂੰ ਸਿੰਪਲ ਸਹਿਜ ਪ੍ਰੇਰਣਾ ਦੇਣ ਵਾਲੇ ਸਦਾ ਖੁਦ ਨੂੰ ਨਮਿਤ ਨੰਬਰ 1 ਸਮਝ ਪ੍ਰਤੱਖ ਪ੍ਰਮਾਣ ਦੇਣ ਵਾਲੇ ਬਾਪ ਸਮਾਨ ਆਤਮਾ ਮਾਨੂ ਬਾਪ ਦਾਦਾ ਦਾ ਯਾਦ ਪਿਆਰ ਤੇ ਨਮਸਤੇ ਦਦੀ ਜਨਕੀ ਜਿਨ੍ਹਾਂ ਮੁਲਾਕਾਤ ਆਸਟ੍ਰੇਲੀਆ ਸਿੰਗਾਪੁਰ ਆਦੀ ਦੇ ਚੱਕਰ ਦਾ ਸਮਾਚਾਰ ਸੁਣਾਇਆ ਅਤੇ ਸਭ ਦੀ ਯਾਦ ਦਿੱਤੀ ਸਭ ਦੀ ਯਾਦ ਪਹੁੰਚ ਗਈ ਚਾਰੇ ਪਾਸੇ ਦੇ ਬੱਚੇ ਸਦਾ ਬਾਪ ਦੇ ਸਾਹਮਣੇ ਹੈ ਇਸ ਦਾ ਪਰਤਿਆਖ ਪ੍ਰਮਾਣ ਹੈ ਜਦੋਂ ਵੀ ਯਾਦ ਕਰਦੇ ਤਾਂ ਸਮੀਪ ਅਤੇ ਸਾਥ ਨਾਲ ਅਨੁਭਵ ਕਰਦੇ ਹੈ बाबा ਕਿਹਾ ਦਿਲ ਨਾਲ ਅਤੇ ਦਿਲाराम ਹਾਜ਼ਰ ਇਸ ਲਈ ਹੀ ਕਹਿੰਦੇ ਹੈ ਹਜ਼ੂਰ ਹਾਜ਼ਰ ਹੈ ਹਾਜ਼ਰਾ ਹਜ਼ੂਰ ਹੈ ਜਿੱਥੇ ਵੀ ਹੈ बाबा ਆਖਦੇ ਨੇ ਜਿੱਥੇ ਵੀ ਹੈ ਜੋ ਵੀ ਹੈ ਪਰ ਹਰ ਜਗ੍ਹਾ ਤੇ ਹਰੇਕ ਦੇ ਕੋਲ ਹਾਜ਼ਰ ਹੋ ਜਾਂਦੇ ਹੈ ਇਸ ਲਈ ਹਾਜ਼ਰਾ ਹਜ਼ੂਰ ਹੋ ਗਿਆ ਇਸ ਸਨੇਹੀ ਬਿਦੀ ਨੂੰ ਲੋਕ ਨਹੀਂ ਜਾਣ ਸਕਦੇ ਇਹੀ ਬ੍ਰਾਹਮਣ ਆਤਮਾ ਹੀ ਜਾਣਦੀਆਂ ਹੈ ਅਨੁਭਵੀ ਇਸ ਅਨੁਭਵ ਨੂੰ ਜਾਂਦੇ ਹੈ ਤੁਸੀਂ ਵਿਸ਼ੇਸ਼ ਆਤਮਾ ਵਾਂ ਤਾਂ ਹੋਹੀ ਕੰਬਾਈਨਡ ਨਾ ਵੱਖ ਹੋ ਹੀ ਨਹੀਂ ਸਕਦੇ ਲੋਕ ਕਹਿੰਦੇ ਹੈ ਜਿੱਧਰ ਦੇਖਦੇ ਹੈ ਉਧਰ ਤੂੰ ਹੀ ਤੂੰ ਹੈ ਅਤੇ ਤੁਸੀਂ ਕਹਿੰਦੇ ਹੈ ਜੋ ਕਰਦੇ ਹੈ ਜਿੱਥੇ ਜਾਂਦੇ ਹੈ ਬਾਪ ਨਾਲ ਹੀ ਹੈ ਮਤਲਬ ਤੂੰ ਹੀ ਤੂੰ ਹੈ ਜਿਵੇਂ ਕਰਤੱਬ્ય ਨਾਲ ਹੈ ਤਾਂ ਹਰ ਕਰਤੱਵ ਕਰਾਉਣ ਵਾਲਾ ਵੀ ਸਦਾ ਨਾਲ ਹੈ ਇਸ ਲਈ ਗਾਇਆ ਹੋਇਆ ਹੈ ਕਰਨ ਕਰਵਨ ਹਾਰ ਤਾਂ ਕੰਬਾਈਨਡ ਹੋ ਗਿਆ ਨਾ ਕਰਨ ਹਾਰ ਅਤੇ ਕਰਵਨ ਹਾਰ ਤਾਂ ਤੁਸੀਂ ਸਭ ਦੀ ਸਥਿਤੀ ਕੀ ਹੈ ਕੰਬਾਈਨਡ ਹੈ ਨਾ ਕਰਨ ਕਰਵਨ ਹਾਰ ਕਰਨ ਹਾਰ ਦੇ ਨਾਲ ਹੈ ਹੀ ਕਰਵਨ ਹਾਰ ਵੱਖ ਨਹੀਂ ਹੈ ਇਸ ਨੂੰ ਹੀ ਕੰਬਾਈਨਡ ਸਥਿਤੀ ਕਿਹਾ ਜਾਂਦਾ ਹੈ ਸਭ ਆਪਣਾ ਆਪਣਾ ਚੰਗਾ ਪਾਠ ਵਜਾ ਰਹੇ ਹੈ। ਅਨੇਕ ਆਤਮਾਵਾਂ ਦੇ ਅੱਗੇ ਸਿੰਪਲ ਤੋਂ ਸਿੰਪਲ ਕਰਨ ਦੇ ਇਵੇਂ ਲੱਗਦਾ ਹੈ ਨਾ ਮੁਸ਼ਕਿਲ ਨੂੰ ਸਹਿਜ ਬਣਾਉਣਾ ਇਹ ਹੀ ਫਾਲੋ ਫਾਦਰ ਹੈ। ਇਵੇਂ ਹੈ ਨਾ ਅੱਛਾ ਪਾਠ ਬਜਾਇਆ ਨਾ ਜਿੱਥੇ ਵੀ ਹੈ ਵਿਸ਼ੇਸ਼ ਪਾਠ ਤਾਂ ਹੀ ਵਿਸ਼ੇਸ਼ ਪਾਠ ਬਜਾਉਣ ਦੇ ਸਿਵਾਏ ਰਹਿ ਨਹੀਂ ਸਕਦੇ। ਇਹ ਡਰਾਮੇ ਵਿੱਚ ਨੁੰਦਿਆ ਹੋਇਆ ਹੈ। ਅੱਛਾ ਚੱਕਰ ਲਗਾਉਣਾ ਬਹੁਤ ਵਧੀਆ ਹੈ ਚੱਕਰ ਲਗਾਇਆ ਫਿਰ ਸਵੀਟ ਹੋਮ ਵਿੱਚ ਆ ਗਏ ਸੇਵਾ ਦਾ ਚੱਕਰ अनेका ਆਤਮਾਵਾਂ ਦੇ ਪ੍ਰਤੀ ਵਿਸ਼ੇਸ਼ ਉਮੰਗ ਉਤਸਾ ਦਾ ਚੱਕਰ ਹੈ ਸਭ ਠੀਕ ਹੈ ਨਾ ਚੰਗਾ ਹੀ ਚੰਗਾ ਹੈ ਡਰਾਮੇ ਦੀ ਭਾਵੇਂ ਖਿੱਚਦੀ ਜ਼ਰੂਰ ਹੈ ਤੁਸੀਂ ਰਹਿਣਾ ਚਾਹੁੰਦੇ ਹੈ ਪਰ ਡਰਾਮੇ ਵਿੱਚ ਨਹੀਂ ਹੈ ਤਾਂ ਕੀ ਕਰਨਗੇ ਸੋਚਦੇ ਵੀ ਜਾਣਾ ਪਵੇਗਾ ਕਿਉਂਕਿ ਸੇਵਾ ਦੀ ਭਾਵੀ ਹੈ ਤਾਂ ਸੇਵਾ ਦੀ ਭਾਵੀ ਆਪਣਾ ਕੰਮ ਕਰਵਾਉਂਦੀ ਹੈ ਆਉਣਾ ਤੇ ਜਾਣਾ ਇਹੀ ਤੇ ਵਿਧੀ ਹੈ ਅੱਛਾ ਸੰਗਠਨ ਚੰਗਾ ਹੈ ਅਵਿਅਕਤ ਬਾਪ ਦਾਦਾ ਦੀ ਪਰਸਨਲ ਮੁਲਾਕਾਤ ਅਵਿਅਕਤ ਪਿਆਰ ਦਾ ਅਨੁਭਵ ਕਰਨ ਦੇ ਲਈ ਦੁੱਖ ਦੀ ਲਹਿਰ ਤੋਂ ਨਿਆਰੇ ਬਣੋ ਆਜ ਬਾਪ ਦਾਦਾ ਆਖਦੇ ਨੇ ਬਾਪ ਦਾਦਾ ਨੇ ਸੰਗਮ ਤੇ ਅਨੇਕ ਖਜ਼ਾਨੇ ਦਿੱਤੇ ਹੈ ਉਹਨਾਂ ਸਭ ਖਜ਼ਾਨਿਆਂ ਵਿੱਚੋਂ ਸ੍ਰੇਸ਼ਟ ਤੇ ਸ੍ਰੇਸ਼ਟ ਖਜ਼ਾਨਾ ਹੈ ਸਦਾ ਖੁਸ਼ੀ ਰੱਖ ਜਾਣਾ ਤਾਂ ਇਹ ਖੁਸ਼ੀ ਦਾ ਖਜ਼ਾਨਾ ਸਦਾ ਨਾਲ ਰਹਿੰਦਾ ਹੈ ਕਿਵੇਂ ਦੀ ਵੀ ਪਰਸਥਿਤੀ ਆ ਜਾਵੇ ਪਰ ਖੁਸ਼ੀ ਨਹੀਂ ਜਾ ਸਕਦੀ ਜਦੋਂ ਪਰਸਥਿਤੀ ਕੋਈ ਦੁੱਖ ਦੀ ਲਹਿਰ ਵੜੀ ਆਉਂਦੀ ਹੈ ਤਾਂ ਵੀ ਖੁਸ਼ ਰਹਿੰਦੇ ਹੈ ਕਿ ਥੋੜੀ ਥੋੜੀ ਲਹਿਰ ਆ ਜਾਂਦੀ ਹੈ ਕਿਉਂਕਿ ਸੰਗ ਸੰਗਮ ਤੇ ਹੈ ਨਾ ਤਾਂ ਇੱਕ ਪਾਸੇ ਹੈ ਦੁੱਖ ਦਾ ਮਨ ਦੂਸਰੇ ਪਾਸੇ ਹੈ ਸੁੱਖ ਤਾਂ ਤਾਂ ਦੁੱਖ ਦੇ ਲਹਿਰ ਦੀ ਕੋਈ ਗੱਲ ਸਾਹਮਣੇ ਆਏਗੀ ਪਰ ਆਪਣੇ ਅੰਦਰ ਉਹ ਦੁੱਖ ਦੀ ਲਹਿਰ ਦੁੱਖ ਨਾ ਕਰੇ ਜਿਵੇਂ ਗਰਮੀ ਦੇ ਮੌਸਮ ਵਿੱਚ ਗਰਮੀ ਤਾਂ ਹੋਵੇਗੀ ਨਾ ਪਰ ਖੁਦ ਨੂੰ ਬਚਾਣਾ ਉਹ ਆਪਣੇ ਉੱਪਰ ਹੈ ਤਾਂ ਦੁੱਖ ਦੀਆਂ ਗੱਲਾਂ ਸੁਣਨ ਵਿੱਚ ਆਉਣ ਗਿਆ ਪਰ ਦਿਲ ਵਿੱਚ ਪ੍ਰਭਾਵਨਾ ਆਵੇ ਇਸ ਲਈ ਇਹ ਕਿਹਾ ਜਾਂਦਾ ਹੈ ਨਿਆਰਾ ਅਤੇ ਪ੍ਰਭੂ ਦਾ ਪਿਆਰਾ ਤਾਂ ਦੁੱਖ ਦੀ ਲਹਿਰ ਤੋਂ ਨਿਆਰਾ ਤਾਂ ਪ੍ਰਭੂ ਦਾ ਪਿਆਰਾ ਬਣੋਂਗੇ ਜਿੰਨਾ ਨਿਆਰਾ ਉੰਨਾ ਪਿਆਰਾ ਆਪਣੇ ਆਪ ਨੂੰ ਦੇਖੋ ਕਿ ਕਿੰਨੇ ਨਿਆਰੇ ਬਣੇ ਹੋ ਜਿੰਨਾ ਨਿਆਰਾ ਬਣਦੇ ਹੋ ਉਨਾ ਹੀ ਸਹਿਜ ਪਰਮਾਤਮ ਪਿਆਰ ਦਾ ਅਨੁਭਵ ਕਰਦੇ ਹੋ ਤਾਂ ਹਰ ਰੋਜ਼ ਚੈੱਕ ਕਰੋ ਕਿ ਕਿੰਨੇ ਨਿਆਰੇ ਰਹੇ ਕਿੰਨੇ ਪਿਆਰੇ ਰਹੇ ਕਿਉਂਕਿ ਇਹ ਪਿਆਰ ਪਰਮਾਤਮ ਪਿਆਰ ਹੈ ਜੋ ਹੋਰ ਕੋਈ ਵੀ ਯੁੱਗ ਵਿੱਚ ਪ੍ਰਾਪਤ ਹੋ ਨਹੀਂ ਸਕਦਾ ਜਿੰਨਾ ਪ੍ਰਾਪਤ ਕਰਨਾ ਹੈ ਉਨਾ ਹੁਣ ਕਰਨਾ ਹੈ ਹੁਣ ਨਹੀਂ ਤਾਂ ਕਦੇ ਵੀ ਨਹੀਂ ਹੋ ਸਕਦਾ ਅਤੇ ਕਿੰਨਾ ਥੋੜਾ ਜਿਹਾ ਸਮਾਂ ਇਹ ਪਰਮਾਤਮ ਪਿਆਰ ਦੀ ਪ੍ਰਾਪਤੀ ਦਾ ਹੈ ਤਾਂ ਥੋੜੇ ਸਮੇਂ ਵਿੱਚ ਬਹੁਤ ਅਨੁਭਵ ਕਰਨਾ ਹੈ ਕਰ ਰਹੇ ਹੋ ਦੁਨੀਆwale ਖੁਸ਼ੀ ਦੇ ਲਈ ਕਿੰਨੇ ਸਮਾਂ ਸੰਪਤੀ ਖਰਚ ਕਰਦੇ ਹੈ ਅਤੇ ਤੁਹਾਨੂੰ ਸਹਿਜ ਅਬਿਨਾਸ਼ੀ ਖੁਸ਼ੀ ਰੱਖ ਜਾਣਾ ਮਿਲ ਗਿਆ ਹੈ ਕੁਛ ਖਰਚ ਕੀਤਾ ਕੀ ਖੁਸ਼ੀ ਦੇ ਅੱਗੇ ਖਰਚ ਕਰਨ ਦੀ ਵਸਤੂ ਹੈ ਹੀ ਕਿ ਜੋ ਦੋਗੇ ਤਾਂ ਇਹ ਵੀ ਖੁਸ਼ੀ ਦੇ ਗੀਤ ਗਾਉਂਦੇ ਰਹੋ ਕਿ ਜੋ ਪਾਉਣਾ ਸੀ ਸੋ ਪਾ ਲਿਆ ਪਾ ਲਿਆ ਨਾ ਤਾਂ ਜਦੋਂ ਕੋਈ ਜੀ ਜੇ ਮਿਲ ਜਾਂਦੀ ਹੈ ਤਾਂ ਖੁਸ਼ੀ ਵਿੱਚ ਨੱਚਦੇ ਰਹਿੰਦੇ ਹੈ ਦੂਸਰਿਆਂ ਨੂੰ ਵੀ ਇਹ ਖੁਸ਼ੀ ਵੰਡੇ ਜਾਓ ਜਿੰਨਾ ਵੰਡੇ ਜਾਂਦੇ ਹੈ ਓਨਾ ਵੱਧਦੀ ਜਾਂਦੀ ਹੈ ਕਿਉਂਕਿ ਵੰਡਣਾ ਮਾਣਾ ਵਧਾਣਾ ਤਾਂ ਜੋ ਵੀ ਸੰਬੰਧ ਵਿੱਚ ਆਉਣਾ ਉਹ ਅਨੁਭਵ ਕਰੇ ਕਿ ਇਹਨਾਂ ਨੂੰ ਕੋਈ ਸ੍ਰੇਸ਼ਟ ਪ੍ਰਾਪਤੀ ਹੋਈ ਹੈ ਜਿਸ ਦੀ ਖੁਸ਼ੀ ਹੈ ਕਿਉਂਕਿ ਦੁਨੀਆ ਵਿੱਚ ਤਾਂ ਹਰ ਸਮੇਂ ਦਾ ਦੁੱਖ ਹੈ ਅਤੇ ਤੁਹਾਡੇ ਕੋਲ ਹਰ ਸਮੇਂ ਦੀ ਖੁਸ਼ੀ ਹੈ ਤਾਂ ਦੁਖੀ ਨੂੰ ਖੁਸ਼ੀ ਦੇਣਾ ਇਹ ਸਭ ਤੋਂ ਵੱਡੇ ਤੋਂ ਵੱਡਾ ਪੁੰਨਿਆ ਹੈ ਤਾਂ ਸਭ ਨਿਰਵਿਗਨ ਬਣ ਅੱਗੇ ਉੱਡ ਰਹੇ ਹੋ ਜਾਂ ਛੋਟੇ-ਛੋਟੇ ਵਿਗਨ ਰੁਕਦੇ ਹੈ ਵਿਗਨਾਂ ਦਾ ਕੰਮ ਹੈ ਆਉਣਾ ਅਤੇ ਤੁਹਾਡਾ ਕੰਮ ਹੈ ਵਿਜੇ ਪ੍ਰਾਪਤ ਕਰਨਾ ਜਦੋਂ ਵਿਗਨ ਆਪਣਾ ਕੰਮ ਚੰਗੀ ਤਰ੍ਹਾਂ ਨਾਲ ਕਰ ਰਹੇ ਹੈ ਤਾਂ ਤੁਸੀਂ ਮਾਸਟਰ ਸਰਵ ਸ਼ਕਤੀਮਾਨ ਆਪਣੇ ਵਿਜੇ ਦੇ ਕੰਮ ਵਿੱਚ ਸਦਾ ਸਫਲ ਰਹੋ ਸਦਾ ਇਹ ਯਾਦ ਰੱਖੋ ਅਸੀਂ ਵਿਗਨ ਵਿਨਾਸ਼ਕ ਆਤਮਾ ਹਾਂ ਵਿਗਨ ਵਿਨਾਸ਼ਕ ਦਾ ਜੋ ਯਾਦਗਾਰ ਹੈ ਉਸ ਦਾ ਪ੍ਰੈਕਟੀਕਲ ਵਿੱਚ ਅਨੁਭਵ ਕਰ ਰਹੇ ਹੋ ਨਾ اچھا ਨੰਬਰ ਦੂਜਾ ਅਚਲ ਸਥਿਤੀ ਬਣਾਉਣ ਦੇ ਲਈ ਮਾਸਟਰ ਅ ਸਰ ਸ਼ਕਤੀਵਾਨ ਦਾ ਟਾਈਟਲ ਸਮ੍ਰਿਤੀ ਵਿੱਚ ਰੱਖੋ ਅੱਜ ਬਾਪ ਦਾਦਾ ਆਖਦੇ ਨੇ ਖੁਦ ਨੂੰ ਸਦਾ ਸਰਵ ਖਜ਼ਾਨਿਆਂ ਨਾਲ ਭਰਪੂਰ ਮਤਲਬ ਸੰਪਨ ਆਤਮਾ ਅਨੁਭਵ ਕਰਦੇ ਹੋ ਕਿਉਂਕਿ ਜੋ ਸੰਪਨ ਹੁੰਦਾ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਨਿਸ਼ਾਨੀ ਹੈ ਕਿ ਉਹ ਅਚਲ ਹੋਵੇਗਾ ਹਲਚਲ ਵਿੱਚ ਨਹੀਂ ਆਵੇਗਾ ਜਿੰਨਾ ਖਾਲੀ ਹੁੰਦਾ ਹੈ ਉਤਨਾ ਹਲਚਲ ਹੁੰਦੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਹਲਚਲ ਭਾਵੇਂ ਸੰਕਲਪ ਦੁਆਰਾ ਹੈ ਭਾਵੇਂ ਬਾਣੀ ਦੁਆਰਾ ਹੈ ਭਾਵੇਂ ਸੰਬੰਧ ਸੰਪਰਕ ਦੁਆਰਾ ਕਿਸੇ ਵੀ ਤਰ੍ਹਾਂ ਦੀ ਹਲਚਲ ਜ਼ਿਕਰ ਹੁੰਦੀ ਹੈ ਤਾਂ ਸਿੱਧ ਹੈ ਕਿ ਖਜਾਨੇ ਨਾਲ ਸੰਪਨ ਨਹੀਂ ਹੈ ਸੰਕਲਪ ਵਿੱਚ ਵੀ ਸੋਪਨ ਵਿੱਚ ਵੀ ਅਚਲ ਕਿਉਂਕਿ ਜਿੰਨਾ ਜਿੰਨਾ ਮਾਸਟਰ ਸਰਵ ਸ਼ਕਤੀਵਾਨ ਸੰਪੂਰਨ ਦੀ ਸਮ੍ਰਿਤੀ ਇਮਰਜ ਹੋਵੇਗੀ ਉਨਾ ਇਹ ਹਲਚਲ ਅਮਰਜ ਹੁੰਦੀ ਜਾਏਗੀ ਤਾਂ ਮਾਸਟਰ ਸਵੈ ਸ਼ਕਤੀਮਾਨ ਦੀ ਸਮ੍ਰਿਤੀ ਪ੍ਰਤੱਖ ਰੂਪ ਵਿੱਚ ਇਹ ਮਰਜ ਸਰੂਪ ਦੀ ਸਮ੍ਰਿਤੀ ਇਮਰਜ ਹੋਵੇਗੀ ਜਿਵੇਂ ਸਰੀਰ ਦਾ ਅਕੂਪੇਸ਼ਨ ਇਮਰਜ ਰਹਿੰਦਾ ਹੈ ਮਰਜ ਨਹੀਂ ਹੁੰਦਾ ਇਵੇਂ ਇਹ ਬ੍ਰਾਹਮਣ ਜੀਵਨ ਦੇ ਅਕੂਪੇਸ਼ਨ ਇਮਰਜ ਰੂਪ ਵਿੱਚ ਰਹੇ ਤਾਂ ਇਹ ਚੈੱਕ ਕਰੋ ਇਮਰਜ ਰਹਿੰਦੇ ਹੈ ਜਾਂ ਮਰਜ ਰਹਿੰਦੇ ਹੈ ਇਮਰਜ ਰਹਿੰਦਾ ਹੈ ਤਾਂ ਉਸ ਦੀ ਨਿਸ਼ਾਨੀ ਹੈ ਹਰ ਕਰਮ ਵਿੱਚ ਉਹ ਨਸ਼ਾ ਹੋਵੇਗਾ ਤਾਂ ਦੂਸਰਿਆਂ ਨੂੰ ਵੀ ਅਨੁਭਵ ਹੋਏਗਾ ਕਿ ਇਹ ਸ਼ਕਤੀਸ਼ਾਲੀ ਆਤਮਾ ਹੈ ਤਾਂ ਕਿਹਾ ਜਾਂਦਾ ਹੈ ਹਲਚਲ ਤੋਂ ਪਰੇ ਅਚਲ ਅਚਲ ਕਰ ਤੁਹਾਡਾ ਯਾਦਗਾਰ ਹੈ ਆਪਣਾ ਅਕੂਪੇਸ਼ਨ ਸਦਾ ਯਾਦ ਰੱਖੋ ਕਿ ਅਸੀਂ ਮਾਸਟਰ ਸਰਵ ਸ਼ਕਤੀਵਾਨ ਹਾਂ ਕਿਉਂਕਿ ਸਰਵ ਆਤਮਾਵਾਂ ਅਤੀ ਕਮਜ਼ੋਰ ਹੈ ਤਾਂ ਕਮਜ਼ੋਰ ਆਤਮਾਵਾਂ ਨੂੰ ਸ਼ਕਤੀ ਚਾਹੀਦੀ ਹੈ ਸ਼ਕਤੀ ਕੋਣ ਦੇਵੇਗਾ ਜੋ ਖੁਦ ਮਾਸਟਰ ਸਰਵ ਸ਼ਕਤੀਮਾਨ ਹੋਵੇਗਾ ਕਿਸੇ ਵੀ ਆਤਮਾ ਨਾਲ ਮਿਲਣਗੇ ਤਾਂ ਉਹ ਕੀ ਆਪਣੀ ਗੱਲਾਂ ਸੁਣਾਣਗੇ ਕਮਜ਼ੋਰੀਆਂ ਦੀਆਂ ਗੱਲਾਂ ਸੁਣਾਦੇ ਹੈ ਨਾ ਜੋ ਕਰਨਾ ਚਾਹੁੰਦੇ ਹੈ ਉਹ ਕਰ ਨਹੀਂ ਸਕਦੇ ਤਾਂ ਇਸ ਦਾ ਪ੍ਰਮਾਣ ਹੈ ਕਿ ਕਮਜ਼ੋਰ ਹੈ ਅਤੇ ਤੁਸੀਂ ਜੋ ਸੰਕਲਪ ਕਰਦੇ ਹੈ ਉਹ ਕਰਮ ਵਿੱਚ ਯਾ ਸਕਦੇ ਹੈ ਤਾਂ ਮਾਸਟਰ ਸਰਵ ਸ਼ਕਤੀਵਾਨ ਦੀ ਨਿਸ਼ਾਨੀ ਹੈ ਕਿ ਸੰਕਲਪ ਤੇ ਕਰਮ ਦੋਨੋਂ ਸਮਾਨ ਹੋਣਗੇ ਏਵੇਂ ਨਹੀਂ ਕਿ ਸੰਕਲਪ ਬਹੁਤ શ્રેષ્ઠ ਹੋਣਾ ਅਤੇ ਕਰਮ ਕਰਨ ਵਿੱਚ ਉਹ શ્રેષ્ઠ ਸੰਕਲਪ ਨਹੀਂ ਕਰ ਸਕੋ ਇਸ ਨੂੰ ਮਾਸਟਰ ਸਰਵ ਸ਼ਕਤੀਵਾਨ ਨਹੀਂ ਕਹਾਂਗੇ ਤਾਂ ਚੈੱਕ ਕਰੋ ਕਿ ਜੋ ਸੰਕਲਪ ਹੁੰਦੇ ਹੈ ਉਹ ਕਰਮ ਤੱਕ ਆਉਂਦੇ ਹੈ ਜਾਂ ਨਹੀਂ ਆ ਸਕਦੇ ਮਾਸਟਰ ਸਰ ਸ਼ਕਤੀ ਆਉਂਦੀ ਨਿਸ਼ਾਨੀ ਹੈ ਜੋ ਸ਼ਕਤੀ ਜਿਸ ਸਮੇਂ ਜ਼ਰੂਰੀ ਹੋਵੇ ਉਸ ਸਮੇਂ ਉਹ ਸ਼ਕਤੀ ਕੰਮ ਵਿੱਚ ਆਏ ਤਾਂ ਇਵੇਂ ਹੈ ਜਾਂ ਆਵਾਨ ਕਰਦੇ ਹੈ ਥੋੜੀ ਦੇਰੀ ਨਾਲ ਆਉਂਦੀ ਹੈ ਜਦੋਂ ਕੋਈ ਗੱਲ ਪੂਰੀ ਹੋ ਜਾਂਦੀ ਹੈ ਪਿੱਛੋਂ ਸਮ੍ਰਿਤੀ ਵਿੱਚ ਆਏ ਕਿ ਇਵੇਂ ਨਹੀਂ ਇਵੇਂ ਕਰਦੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਸਮੇਂ ਤੇ ਕੰਮ ਵਿੱਚ ਨਹੀਂ ਆਈ ਜਿਵੇਂ ਸਥੂਲ ਕਰਮੇਂਦਰੀਆਂ ਆਰਡਰ ਤੇ ਚਲ ਸਕਦੀ ਹੈ ਨਾ ਹੱਥ ਨੂੰ ਜਦੋਂ ਚਾਹੋ ਜਿੱਧਰ ਚਾਹੋ ਉਧਰ ਚਲਾ ਸਕਦੇ ਹੋ ਇਵੇਂ ਇਹ ਸੁਕਸ਼ਮ ਸ਼ਕਤੀਆਂ ਇੰਨਾ ਕੰਟਰੋਲ ਵਿੱਚ ਹੋਣ ਜਿਸ ਸਮੇਂ ਜੋ ਸ਼ਕਤੀ ਚਾਹੇ ਕੰਮ ਵਿੱਚ ਲਗਾ ਸਕੋ ਤਾਂ ਇਵੇਂ ਕੰਟਰੋਲਿੰਗ ਪਾਵਰ ਹੈ ਇਵੇਂ ਨਹੀਂ ਸੋਚਦੇ ਕਿ ਚਾਹੁੰਦੇ ਤਾਂ ਨਹੀਂ ਸੀ ਪਰ ਹੋ ਗਿਆ ਤਾਂ ਸਦਾ ਆਪਣੀ ਕੰਟਰੋਲਿੰਗ ਪਾਵਰ ਨੂੰ ਚੈੱਕ ਕਰਦੇ ਹੋਏ ਸ਼ਕਤੀਸ਼ਾਲੀ ਬਣਦੇ ਚਲੋ ਸਭ ਉੜਦੀ ਕਲਾ ਵਾਲੇ ਹੋ ਕੀ ਕੋਈ ਚੜ੍ਹਦੀ ਕਲਾ ਵਾਲਾ ਕੋਈ ਉੜਦੀ ਕਲਾ ਵਾਲਾ ਜਾਂ ਕਦੀ ਉੜਦੀ ਕਦੀ ਚੜ੍ਹਦੀ ਕਦੀ ਚਲਦੀ ਕਲਾ ਹੋ ਜਾਂਦੀ ਹੈ ਬਦਲੀ ਹੁੰਦਾ ਹੈ ਜਾਂ ਇੱਕ ਰਸ ਅੱਗੇ ਵਧਦੇ ਰਹਿੰਦੇ ਹੈ ਕੋਈ ਵਿਗਰ ਨਹੀਂ ਆਉਂਦਾ ਹੈ ਤਾਂ ਕਿੰਨੇ ਸਮੇਂ ਵਿੱਚ ਵਿਜੇ ਹੀ ਬਣਦੇ ਹੈ ਟਾਈਮ ਲੱਗਦਾ ਹੈ ਕਿਉਂਕਿ ਨੌਲੇਜ ਫੁੱਲ ਹੈ ਨਾ ਤਾਂ ਵਿਗਨਾ ਦੇਵੀ ਨੌਲੇਜ ਹੈ ਨੌਲੇਜ ਦੀ ਸ਼ਕਤੀ ਨਾਲ ਵਿਗਨ ਵਾਰ ਨਹੀਂ ਕਰਨਗੇ ਪਰ ਹਾਰ ਖਾ ਲੈਣਗੇ ਇਸ ਨੂੰ ਹੀ ਮਾਸਟਰ ਸਰਵ ਸ਼ਕਤੀਵਾਨ ਕਿਹਾ ਜਾਂਦਾ ਹੈ ਤਾਂ ਅੰਮ੍ਰਿਤ ਵੇਲੇ ਨਾਲ ਇਸ ਅਕੂਪੇਸ਼ਨ ਨੂੰ ਇਮਰਜ ਕਰੋ ਤਾਂ ਫਿਰ ਸਾਰਾ ਦਿਨ ਚੈੱਕ ਕਰੋ ਜਿੰਗਾ ਅੱਜ ਦਾ ਵਰਦਾਨ ਹੈ ਸਹਿਨ ਸ਼ਕਤੀ ਦਾ ਕਵਜ ਪਹਿਨ ਸੰਪੂਰਨ ਸਟੇਜ ਨੂੰ ਵਰਣ ਵਾਲੇ ਵਿਗਨ ਜੀਤ ਭਵ ਸਹਿਨ ਸ਼ਕਤੀ ਦਾ ਕਵਜ ਪਹਿਨ ਸੰਪੂਰਨ ਸਟੇਜ ਨੂੰ ਵਰਣ ਵਾਲੇ ਵਿਗਨ ਜੀਤ ਭਵ ਅੱਜ ਬਾਪ ਦਾਦਾ ਆਖਦੇ ਨੇ ਆਪਣੀ ਸੰਪੂਰਨ ਸਟੇਜ ਨੂੰ ਵਰਨਾ ਮਤਲਬ ਪ੍ਰਾਪਤ ਕਰਨ ਦੇ ਲਈ ਅਲਵੇਲੇ ਪੰਦੇ ਨਾਜ਼ ਨਖਰਿਆ ਨੂੰ ਛੱਡ ਸਹਿਨ ਸ਼ਕਤੀ ਵਿੱਚ ਮજબૂત ਬਣੋ ਸਹਿਨ ਸ਼ਕਤੀ ਹੀ ਸਰਵ ਵਿਗਨਾ ਤੋਂ ਬਚਣ ਦਾ ਕਵਜ ਹੈ ਬਚਣ ਦਾ ਕਵਜ ਹੈ ਜੋ ਇੱਕ ਕਵਜ ਨਹੀਂ ਪਹਿਨਦੇ ਉਹ ਨਾਜ਼ੁਕ ਬਣ ਜਾਂਦੇ ਹੈ ਫਿਰ ਬਾਪ ਦੀਆਂ ਗੱਲਾਂ ਬਾਪ ਨੂੰ ਹੀ ਸੁਣਾਉਂਦੇ ਹੈ ਕਦੀ ਬਹੁਤ ਉਮਾਂਗ ਉਤਸਾਹ ਵਿੱਚ ਰਹਿੰਦੇ ਕਦੀ ਦਿਲ ਸੀ ਕਸ਼ਤ ਹੋ ਜਾਂਦੇ ਹੈ ਹੁਣ ਇਸ ਉਤਾਰਨ ਚੜ੍ਹਨ ਦੀ ਸੀੜੀ ਨੂੰ ਛੱਡ ਸਦਾ ਉਮੰਗ ਉਤਸ਼ਾਹ ਵਿੱਚ ਰਹੋ ਤਾਂ ਸੰਪੂਰਨ ਸਟੇਜ ਸਮੇਪ ਆ ਜਾਂਦੀ ਹੈ। slogan ਹੈ ਜਦਾ ਯਾਦ ਅਤੇ ਸੇਵਾ ਦੀ ਸ਼ਕਤੀ ਨਾਲ ਅਨੇਕ ਆਤਮਾਵਾਂ ਦੇ ਰਹਿਮ ਕਰਨਾ ਹੀ ਰਹਿਮ ਦਿਲਵਣਾ ਹੈ। ਜਦ ਅਤੇ ਸੇਵਾ ਦੀ ਸ਼ਕਤੀ ਨਾਲ ਅਨੇਕ ਆਤਮਾਵਾਂ ਤੇ ਰਹਿਮ ਕਰਨਾ ਹੀ ਰਹਿਮ ਦਿਲਵਣਾ ਹੈ। ਚੰਗਾ ਓਮ ਸ਼ਾਂਤੀ